ਅੱਜ ਅਸੀਂ ਆਪਣੇ ਮਾਣਯੋਗ ਡੀ ਜੀ ਪੀ ਸਾਹਿਬ ਅਤੇ ਐਸ ਐਸ ਪੀ ਸਾਹਿਬ ਦੀ ਹਦਾਇਤਾਂ 'ਤੇ ਜੋ ਇਲੈਕਸ਼ਨ 2024 ਸਾਡੇ ਐਮ ਪੀ ਇਲੈਕਸ਼ਨ ਆ ਰਹੇ ਆ ਉਹਦੇ ਸੰਬੰਧ 'ਚ ਸਾਡੇ ਸਾਰੇ ਸਬ ਡਿਵੀਜ਼ਨ ਵਿੱਚ ਫਲੈਗ ਮਾਰਚ ਸ਼ੁਰੂ ਕਰਨ ਲੱਗੇ ਹਾਂ ਅਸੀਂ, ਤਾਂ ਕਿ ਅਸੀਂ ਮਾੜੇ ਅਨਸਰਾਂ ਤੋਂ ਇਹ ਮੈਸੇਜ ਦੇ ਸਕੀਏ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਬੜੀ ਪੀਸਫੁੱਲ ਅਸੀਂ ਇਲੈਕਸ਼ਨ ਕਰਵਾਉਣੀ ਆ ਅਤੇ ਮਾੜੇ ਅਨਸਰਾਂ ਨੂੰ ਅਸੀਂ ਕੋਈ ਵੀ ਗੜਬੜ ਨਹੀਂ ਕਰਨ ਦੇਣਾ। ਨਹੀਂ, ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਅਸੀਂ ਸਾਰੇ ਹੀ ਸਬ ਡਿਵੀਜ਼ਨ 'ਚ ਜਿਵੇਂ ਬੁਲਾਡਾ, ਬਰੇਟਾ ਅਤੇ ਬੋਹਾ, ਕੁਲੜੀਆਂ ਚੌਂਕੀ ਜਿਹੜੀ ਸਾਡੇ ਸਬ ਡਿਵੀਜ਼ਨ 'ਚ ਜਿੰਨੇ ਥਾਣੇ ਪੈਂਦੇ ਆ ਉਹ ਸਾਰੇ ਏਰੀਏ ਦੇ ਵਿੱਚ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਅਸੀਂ ਅੱਜ, ਅਤੇ ਇਹ ਅਸੀਂ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹਦੇ ਸੰਦਰਭ 'ਚ ਕਰ ਰਹੇ ਹਾਂ, ਤਾਂ ਕਿ ਅਸੀਂ ਜਿਹੜੇ ਮਾੜੇ ਅਨਸਰਾਂ 'ਤੇ ਨੱਥ ਪਾ ਸਕੀਏ। ਜਿਵੇਂ ਕਿ ਕੱਲ੍ਹ ਵੀ ਅਸੀਂ ਤੁਹਾਡੇ ਸਾਹਮਣੇ ਅਸੀਂ ਆਪਣਾ ਸਰਚ ਆਪਰੇਸ਼ਨ ਚਲਾਇਆ ਸੀਗਾ, ਉਹ 'ਚ ਵੀ ਸਾਨੂੰ ਰਿਕਵਰੀ ਹੋਈ ਹੈ ਅਤੇ ਉਹ ਅਸੀਂ ਪਰਚੇ ਦਿੱਤੇ ਉਹਨਾਂ ਦੇ ਖਿਲਾਫ, ਅਤੇ ਅੱਜ ਵੀ ਅਸੀਂ ਇਹ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਅਸੀਂ ਬੜੇ ਤੁਸੀਂ ਸੇਫ ਹੋ ਅਤੇ ਜੋ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਅਤੇ ਇਲੈਕਸ਼ਨ ਕਮਿਸ਼ਨ ਦੀ ਜਿਹੜੀਆਂ ਗਾਈਡਲਾਈਨ ਆ ਉਹਨਾਂ ਨੂੰ ਅਸੀਂ ਫੋਲੋ ਕਰਦੇ ਹੋਏ ਇਹ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਅਸੀਂ ਅਮਨ ਅਮਾਨ ਨਾਲ ਆਪਣੇ ਏਰੀਏ ਦੇ ਵਿੱਚ ਇਲੈਕਸ਼ਨ ਕਰਾ ਸਕੀਏ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।